ਸੁਪਰੀਮ ਕੋਰਟ ਨੇ ਟੀਮ ਇੰਡੀਆ ਦੇ ਸਾਬਕਾ ਗੇਂਦਬਾਜ਼ ਸ਼੍ਰੀ ਸੰਤ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ BCCI ਵੱਲੋਂ ਇਸ ਗੇਂਦਬਾਜ਼ ਤੇ ਲਾਏ ਤਾਂ ਉਮਰ ਬੈਨ ਨੂੰ ਖਤਮ ਕਰ ਦਿੱਤਾ ਹੈ। ਜੱਜ ਅਸ਼ੋਕ ਭੂਸ਼ਣ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਕ੍ਰਿਕਟ ਬੋਰਡ ਨੂੰ ਸ਼੍ਰੀ ਸੰਤ ਦੀ ਸਜ਼ਾ ਮੁੜ ਵਿਚਾਰਨ ਲਈ ਕਿਹਾ ਹੈ। ਸ਼੍ਰੀ ਸੰਤ ਤੋਂ ਬੇਸ਼ੱਕ ਬੈਨ ਹਟਾ ਦਿੱਤਾ ਗਿਆ ਹੈ, ਪਰ ਉਹ ਅਜੇ ਵੀ ਖੇਡ ਨਹੀਂ ਪਾਉਣਗੇ। ਅਦਾਲਤ ਨੇ ਕਿਹਾ ਕਿ BCCI ਸ਼੍ਰੀ ਸੰਤ ਦਾ ਪੱਖ ਵੀ ਸੁਣੇ ਤੇ ਲਾਈਫ ਟਾਈਮ ਬੈਨ ਕਾਫੀ ਜ਼ਿਆਦਾ ਹੈ। ਸ਼੍ਰੀ ਸੰਤ ਦੇ 2013 IPL ਸਪੌਟ ਫਿਕਸਿੰਗ ਮਾਮਲੇ ਵਿੱਚ ਦੋਸ਼ ਲੱਗੇ ਸਨ। ਇਸ ਵਿੱਚ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਸੀ, ਪਰ BCCI ਨੇ ਉਹਨਾਂ ਦੇ ਖੇਡਣ ਉੱਪਰ ਬੈਨ ਲਗਾ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਸ਼੍ਰੀ ਸੰਤ ਇੱਕ ਭਾਰਤੀ ਕ੍ਰਿਕਟਰ ਹੈ ਜਿਸਨੇ ਖੇਡ ਦੇ ਸਾਰੇ ਰੂਪ ਖੇਡੇ ਹਨ। ਉਹ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਅਤੇ ਸੱਜੇ ਹੱਥ ਵਾਲੇ ਪੈਂਟਰੀ ਬੱਲੇਬਾਜ਼ ਹਨ। ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਉਹ ਕੇਰਲ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਿਆ, ਰਾਜਸਥਾਨ ਰਾਇਲਸ ਲਈ ਖੇਡਿਆ। ਉਹ ਭਾਰਤ ਲਈ 2020 ਕ੍ਰਿਕਟ ਖੇਡਣ ਵਾਲੇ ਪਹਿਲੇ ਕੇਰਲਾ ਰਣਜੀ ਖਿਡਾਰੀ ਵੀ ਰਹੇ। 2018 ਵਿੱਚ ਉਹਨਾਂ ਨੇ ਬਿਗ ਬੌਸ ਦੇ ਵਿੱਚ ਹਿੱਸਾ ਲਿਆ ਅਤੇ ਸਭ ਦੇ ਹਰਮਨ ਪਿਆਰੇ ਬਣੇ। ਫੈਸਲੇ ਤੋਂ ਬਾਅਦ ਸ਼੍ਰੀ ਸੰਤ ਖੁਦ ਵੀ ਮੀਡੀਆ ਦੇ ਸਾਹਮਣੇ ਆਏ ਅਤੇ ਉਹਨਾਂ ਨੇ ਵਕੀਲਾਂ ਦਾ ਧੰਨਵਾਦ ਕੀਤਾ ਅਤੇ ਕਿਹਾ, ਮੈਦਾਨ ਤੇ ਵਾਪਸੀ ਲਈ ਮੈਂ ਤਿਆਰ ਹਾਂ। ਜੇਕਰ ਲੈਂਡਰ ਪੇਸ 45 ਸਾਲ ਦੀ ਉਮਰ ਦੇ ਵਿੱਚ ਗ੍ਰੈਂਡ ਸਲੈਮ ਖੇਡ ਸਕਦੇ ਹਨ ਤਾਂ ਮੈਂ ਵੀ ਕ੍ਰਿਕਟ ਖੇਡ ਸਕਦਾ ਹਾਂ। ਗੋਡਸ ਬੀਨ ਐਕਸਟ੍ਰੀਮਲੀ ਕਾਈਂਡ, ਥੈਂਕਸ ਸੁਪਰੀਮ ਕੋਰਟ ਐਂਡ ਥੈਂਕਸ ਟੂ ਦੋਸ ਯੂ ਨੋ ਅਮੇਜ਼ਿੰਗ ਜੱਜਸ, ਦੇ ਵੈਂਟ ਥਰੂ ਐਂਡ ਦੇ ਵਰ ਕਾਈਂਡ ਇਨਫ ਟੂ ਹੀਅਰ ਦ ਕੰਪਲੀਟ ਮੈਟਰ ਇਨ ਦ ਫਾਸਟੈਸਟ ਪੋਸੀਬਲ ਵੇ ਐਂਡ ਅ ਫੇਅਰ ਓਪਰਚੁਨਿਟੀ ਫਾਰ ਮੀ। ਸੋ ਆਈ ਐਮ ਜਸਟ I'm blessed to have good lawyers like Krishna and Salman sir and Rebecca ma'am and Vishal and everybody together. So I, Vikramaditya and everybody. So it's a complete team. So now, without them, I don't think I would have been successful. So now the ball is with the BCCI. Now BCCI will have to take a reconsider the plea of the Supreme Court has said that. And I'm really happy it's the ball is in the Supreme, I mean with the BCCI, because BCCI has made who I am today. If I had not played under 13 district, I wouldn't have ever played for the country. So huge thanks to BCCI, and I'm sure the BCCI, I'm not against BCCI, I'm just appealing with BCCI to course. Give me an opportunity for a course. So I'm sure they will understand. I'm sure God's been extremely kind, and BCCI will understand that it's been more than 6 years that I've been struggling to even enter a cricket field. So I'm sure I'll be back there. How much thankful to the Supreme Court you are? I am always love the Indian judiciary, and I'll keep you know, yes, Jai Mata Di. ਕ੍ਰਿਕਟ ਦੀਆਂ ਖਬਰਾਂ ਅਤੇ ਹੋਰ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।